ਹਾਂਜੀ ਕਿਦਾਂ ਫਿਰ ਵੈਲਕਮ ਬੈਕ ਟੂ ਦੀ ਚੈਨਲ ਗਾਇਸ ਅੱਜ ਆਪਾਂ ਰਿਐਕਟ ਕਰਨ आले ਆ ਯਾਰ ਕਮਲ ਕੌਰ ਦੇ ਵਲੌਗਸ ਜਿਹੜੇ ਉਹਦੇ ਵਲੌਗਸ ਤੁਸੀਂ ਪਹਿਲਾਂ ਵੀ ਦੇਖਿਆ ਸੀ ਬੈਡਰੂਮ ਵਲੌਗਸ ਮੈਂ ਮੇਨ ਚੈਨਲ ਤੇ ਰੋਸਟ ਵੀਡੀਓਜ਼ ਬਣਾਈਆਂ ਸੀ ਜਿਹੜਾ ਭੂਤ ਵਾਲਾ ਕੋਈ ਸਟੋਰੀ ਨਹੀਂ ਚੱਲੀ ਸੀ ਸੋ ਹੁਣ ਉਹਨੇ ਪਾਉਣੇ ਸ਼ੁਰੂ ਕੀਤੇ ਆ ਯਾਰ ਪਹਿਲਾਂ ਨਾ ਯਾਰ ਵਲੌਗਸ ਦੇਖ ਲਿਓ ਮੇਰੇ ਥਾਈਲੈਂਡ ਦੇ ਵਲੌਗਸ ਆ ਚੁੱਕੇ ਨੇ ਸੋ ਇੱਕ ਅਦਾ ਵਲੌਗ ਰਹਿ ਗਿਆ ਵਾ ਬਾਕੀ ਸਾਰੇ ਆ ਗਏ ਨੇ ਪੂਰੀ ਸੀਰੀਜ਼ ਦੇਖ ਲਿਓ ਇੱਥੋਂ ਸ਼ੁਰੂ ਹੁੰਦੀ ਆ ਆਪਣੀ ਜਿਹੜੀ ਇੰਟਰਨੈਸ਼ਨਲ ਟ੍ਰਿਪ ਤੋਂ ਸ਼ੁਰੂ ਹੁੰਦੀ ਆ ਤੇ ਵਲੌਗਸ ਉਹਨੇ ਸ਼ਾਰਟਸ ਪਾਏ ਨੇ ਕੁਝ ਮੈਨੂੰ ਮੈਸੇਜ ਕੀਤੇ ਤੁਸੀਂ ਵੀ ਉਹਨਾਂ ਦੇ ਸ਼ਾਰਟਸ ਬੜੇ ਹੋਰ ਹਿਸਾਬ ਦੇ ਨੇ ਉੱਤੇ ਰਿਐਕਟ ਕਰੋ ਸੋ ਸਟਾਰਟ ਕਰਦੇ ਆ ਵੀਡੀਓ ਵਿਦਆਊਟ ਵੇਸਟਿੰਗ ਟਾਈਮ ਸੋ ਪਹਿਲਾ ਹੈਗਾ ਫਨੀ ਭਾਬੀ ਟੀਵੀ ਜੇ ਮੈਨੂੰ ਪਿਆਰ ਕਰਦੇ ਹੋ ਤਾਂ ਕਰ ਲਓ ਅੱਛਾ ਹੁਣ YouTube ਤੋਂ ਕਿਤੇ ਹੋਰ ਜਾਣ ਹਾਏ ਸਾਨੂੰ ਛੱਡ ਕੇ ਜਾ ਰਹੇ ਹੋ ਸੋਨਿਓ ਸ਼ਸ਼ੀਕਾਲ ਦੋਸਤੋ ਕੀ ਹਾਲ ਇੱਕ ਤਾਂ ਸਸੀਕਾਲ ਨੂੰ ਸ਼ਸ਼ੀਕਾਲ ਕਹਿੰਦੇ ਆ ਨਾ ਜਿੰਨੇ ਆਗੇ ਨੇ ਸ਼ਸ਼ੀਕਾਲ ਅੱਛਾ ਇੱਕ ਕਿਊਟ ਜਿਹਾ ਮੁੰਡਾ ਨਾ ਕਿੰਨੀ ਸੋਹਣੀ ਬੋਲਦਾ ਸੀ ਸਸ਼ੀਕਾਲ ਸਸ਼ੀਕਾਲ ਅਲੋ ਜੀ ਸ਼ਸ਼ੀਕਾਲ ਹੋ ਗਿਆ ਤੇਰੇ ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਫਲਸ਼ ਕਿੱਤਾਂ ਹੋਣੀ ਹੋਣੀ ਟੱਟੀ ਕਰਕੇ ਆਈਆਂ ਫਲਸ਼ ਕੀਤਾ ਹੋਣਾ ਟੱਟੀ ਕਰਕੇ ਆਏ ਹਾਏ ਠੀ 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 ਇੰਨਾ ਵੀ ਜ਼ਿਆਦਾ ਫ੍ਰੈਂਕ ਨਾ ਨਾ ਉਹ ਜੋ ਤੁਸੀਂ ਵੀ ਵੇਠੀ ਠੀਕ ਆ ਬੰਦਾਂ ਨੂੰ ਨੇਚਰਲ ਲੈਣਾ ਚਾਹੀਦਾ ਫ੍ਰੈਂਕ ਜਿੱਦਾਂ ਮੈਂ ਵੀ ਨੇਚਰਲ ਵੀਡੀਓਜ਼ ਬਣਾਉਣਾ ਪਰ ਇੰਨਾ ਵੀ ਨੇਚਰਲ ਨਾ ਹੋ ਜਾਏ ਕਿ ਸੁੱਤੀ ਉੱਠੀਆਂ ਫਲਸ਼ ਕਰਕੇ ਆਈਆਂ ਸੁੱਤੀ ਉੱਠੀਆਂ ਤੇ ਕੀ ਕਹਿੰਦੇ ਮੜਾ ਜੇ ਯਾਰ ਸਾਰੇ ਮੇਰੇ ਚ ਫਨੀਪਾ ਭੀਟੀ ਵੀ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਮੈਂ ਤੁਹਾਨੂੰ ਸ਼ਾਰਟਸ ਦਿਖਾਵਾਂ ਛੋਟੇ ਛੋਟੇ ਆਪਣੇ ਹੈ ਤਾਂ ਵੈਸੇ ਛੋਟੇ ਨਹੀਂ ਬਟ ਅ ਛੋਟੇ ਹੀ ਹੁੰਦੇ ਆ ਸਬਸਕ੍ਰਾਈਬ ਨਾਓ ਇਹ ਗੱਲਾਂ ਗੋਲ ਕਰ ਗਈ ਛੋਟੇ ਵੱਡੇ ਵੱਡੇ ਛੋਟੇ ਜੀ ਸਭ ਸਮਝਦੇ ਆ ਪਹਿਲਾਂ ਕਮੈਂਟ ਪੜ੍ਹਦੇ ਆ ਫਿਰ ਦੇਖਦੇ ਆ ਫਨੀ ਭਾਬੀ ਟੀਵੀ ਹੈ ਕੀ ਆ ਸੋ ਨਾਈਸ ਲੱਖ ਲਾਨਤ ਹੈ ਬਹੁਤ ਵਧੀਆ ਤੇਰੇ ਦੰਦ ਬਹੁਤ ਸੋਹਣੇ ਲਵ ਯੂ ਰੋਟੀ ਪਕਦੀ ਕਰਦੇ ਨਹੀਂ ਭਾਬੀ ਦੇ ਦੌਰ ਘਾਰੇ ਦੀ ਨਾਈਸ ਭਾਬੀ ਜੀ ਰਵੀ ਹੁਸ਼ਿਆਰਪੁਰ ਤੋਂ ਜੇ ਟੁੱਟੇ ਕਿਤੀ ਹੈ ਤਾਂ ਹੁਣ ਖਾ ਵੀ ਲਈ ਜੇ ਟੱਟੀ ਕੀਤੀ ਤਾਂ ਖਾ ਆਏ ਹਏ ਮਾ ਦਾ ਲੱਗਦਾ ਅਕਲ ਨਹੀਂ ਦਿੱਤੀ ਸਮਝ ਵਿੱਚ ਰਹਿਣ ਦੀ ਸਮਾਜ ਵਿੱਚ ਰਹਿਣ ਦੀ اچھا ਫਨੀ ਭਾਬੀ ਟੀਵੀ ਕੀ ਹੈ ਅੱਛਾ ਸਰਚ ਕਰਾਂ ਮੈਂ ਫਨੀ ਭਾਬੀ ਕੁਝ ਹੋਰ ਹੀ ਨਾ ਨਿਕਲਾਵੇ ਅੱਛਾ ਨਵਾਂ ਕੁਝ ਖੋਲਿਆ ਇਹਨੇ ਫਨੀ ਭਾਬੀ ਟੀਵੀ ਇਹਦੇ ਵਿੱਚ ਕਿਹੜੀਆਂ ਵੀਡੀਓਜ਼ ਨੇ ਸ਼ਾਰਟਸ ਨੇ ਸ਼ਾਰਟਸ ਦੇਖਦੇ ਹਾਂ ਫਨੀ ਭਾਬੀ ਟੀਵੀ ਅਗਲੀ ਨੇ ਚੈਨਲ ਖੋਲਿਆ ਭਾਬੀ ਜੀ ਦੇ ਚੈਨਲ ਪਰ ਆਨੇ ਵਾਲੇ ਕبھی ਉਦਾਸ ਨਹੀਂ ਰਹਿ ਸਕਤੇ ਅੱਛਾ ਐਸਾ ਕੀ ਹੈ ਚੈਨਲ ਵਿੱਚ ਚਲੋ ਦੇਖਦੇ ਆ ਸਨਾਤਨ ਧਰਮ ਦੀ ਬੇਅਦਬੀ ਹੋਈ ਆ ਰਾਮ ਰਾਮ ਦੋਸਤੋ ਸ਼ਸ਼ੀਕਲ ਤੇ ਤੁਹਾਨੂੰ ਮੈਂ ਹਿੰਦੂਆਂ ਨੂੰ ਕਹਿਣਾ ਚਾਹੂੰਗੀ ਇੱਕ ਗੱਲ ਤੁਸੀਂ ਆਪਣੇ ਧਰਮ ਨੂੰ ਬਚਾਉਣ ਦਾ ਕੋਈ ਜਿੰਮਾ ਨਹੀਂ ਚੱਕਿਆ ਇਹ ਪੰਜਾਬੀ ਨੇ ਜਦੋਂ ਇਹਨਾਂ ਦੇ ਧਰਮ ਦੀ ਕੋਈ ਬੇਦਬੀ ਕਹਿੰਦੇ ਬੇਦਬੀ ਹਾਂ ਬੇਦਬੀ ਹੁੰਦੀ ਹੈ ਜਦੋਂ ਸਿੱਖਾਂ ਦੀ ਜਾਂ ਇਹਨਾਂ ਦੇ ਧਰਮ ਦੀ ਫਿਰ ਇਹ ਇੱਕ ਝੁੱਟ ਹੋ ਕੇ ਵਾ ਉਹ ਸਿੱਧਾ ਗਾਲ ਗੱਡੀ ਜਾਂਦੀ ਆ ਤੁਸੀਂ ਆ ਆਦੀਪੁਰਸ਼ ਐਦਾਂ ਰਿਲੀਜ਼ ਹੋਈ ਹੈ ਰਮਾਇਣ ਦੀ ਐਦਾਂ ਤੁਸੀਂ ਕੀ ਕੀ ਹਨੂਮਾਨ ਮੁੱਲ ਮੈਂ ਤੋ ਮਤਲਬ ਕੁਝ ਨਹੀਂ ਸਮਝ ਆ ਰਿਹਾ ਕਿ ਬਣਾਈ ਕਿਉਂ ਆ ਅੱਛਾ ਆਦੀਪੁਰਸ਼ ਨੂੰ ਗੱਲ ਕਰ ਰਹੇ ਆਦੀ ਇੱਕ ਇੱਕ ਚੀਜ਼ ਆਦੀਪੁਰਸ਼ ਦੀ ਬਹੁਤ ਵਧੀਆ ਹੋਈ ਜਿਹਨੂੰ ਨਹੀਂ ਪਤਾ ਆਦੀਪੁਰਸ਼ ਰਮਾਇਣ ਤੇ ਇੱਕ ਮੂਵੀ ਬਣੀ ਆ ਆਦੀਪੁਰਸ਼ ਤੇ ਜਿਆਦਾ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਵੀਐਫਐਕਸ ਉਹ ਕੀਤਾ ਹੋਇਆ ਐਡੀਟਿੰਗ ਐਡੀਟਿੰਗ ਜੀ ਤੇ ਐਫਐਕਸ ਤੇ ਉਹਦੇ ਵਿੱਚ ਕੀ ਦਿਖਾਇਆ ਕੀ ਥੋੜੇ ਬਾਲਾ ਨਕਲੀ ਬੰਦ ਦਿਖਾਤਾ ਇੱਕ ਚੀਜ਼ ਬਹੁਤ ਵਧੀਆ ਹੋਈ ਆ ਵੀ ਇੱਕ ਧਰਮ ਦੀ ਰਮਾਇਣ Hindu ਧਰਮ ਦੀ ਬਣੀ ਆ ਮੂਵੀ ਤੇ ਸਾਰੇ ਧਰਮ ਦੇ ਲੋਕ ਇਕੱਠੇ ਹੋ ਕੇ ਗਾਣਾ ਗੱਡ ਰਿਹਾ ਵਿੱਚ Hindu ਧਰਮ ਖੁੱਦ ਗੱਡ ਰਿਹਾ ਵਾ ਭਈਆ ਕੀ ਬਣਾਤਾ ਇਹ ਨਾ ਵਧੀਆ ਨਾ ਜਿਹੜੀ ਉਹ 100 ਸਾਲ ਪਹਿਲਾਂ 50 ਸਾਲ ਪਹਿਲਾਂ ਰਮਾਇਣ ਬਣੀ ਸੀਗੀ ਜਿਹੜੀ ਦੂਰਦਰਸ਼ ਤੇ ਦੇਖਦੇ ਸੀ ਆਪਾਂ 15 ਸਾਲਾਂ ਪਹਿਲਾਂ 10 ਸਾਲਾਂ ਪਹਿਲਾਂ ਉਹ ਬਹੁਤ ਖਤਰਨਾਕ ਸੀ ਉਹ ਬਹੁਤ ਵਧੀਆ ਸੀਗੀ ਸਹੀ ਗੱਲ ਆ ਪਰ ਗਾਣਾ ਨਾ ਗੱਡਿਆ ਕਰ ਕੁੜੀਆਂ ਗਾਣਾ ਨਹੀਂ ਕੱਢਣੀਆਂ ਚਾਹੀਦੀਆਂ ਸ਼ਸ਼ੀਗਲ ਦੋਸਤੋ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਪੀਜ਼ਾ ਖਾਣ ਗਈ ਤੇ ਇਹ ਦੋਨੇ ਜਣੇ ਆ ਕੇ ਮੈਨੂੰ ਕਹਿਣ ਲੱਗ ਗਏ ਕਿ ਮੈਨੂੰ ਕੁਝ ਦੇ ਦਿਓ ਤੇ ਮੈਂ ਕਿਹਾ ਮੇਰੇ ਕੋਲ ਕੁਝ ਹੈ ਤਾਂ ਨਹੀਂ ਕਿਉਂਕਿ ਮੈਂ Google Pay ਹੀ ਕਰਦੀ ਹਾਂ ਜਦੋਂ ਕਰਦੀ ਹਾਂ ਮੇਰੇ ਕੋਲ 10 ਰੁਪਏ ਵੀ ਨਹੀਂ ਸੀਗੇ ਮੈਂ ਕਿਹਾ ਮੇਰੀ ਸਭ ਤੋਂ ਕੀਮਤੀ ਚੀਜ਼ ਲੈ ਜਾਓ ਪੀਜ਼ਾ ਕਿਉਂਕਿ ਮੈਨੂੰ ਪੀਜ਼ਾ ਬਹੁਤ ਪਸੰਦ ਆਇਆ ਸੀਗਾ ਦੋਸਤੋ ਐਕਸਟਰਾ ਮੋਜ਼ੇਰੈਲਾ ਚੀਜ਼ ਪਾ ਕੇ ਫਿਰ ਮੈਨੂੰ ਪੁੱਛਿਆ ਕਿ ਭਈ ਤੁਹਾਡਾ ਕੋਈ ਹੈ ਨਹੀਂ ਕੰਮ ਕਰ ਕਰਨ ਵਾਲਾ ਕਹਿੰਦੇ ਮੁੰਡਾ ਰੇੜੀ ਲਾਉਂਦਾ ਚਲੇ ਵਧੀਆ ਗੱਲ ਆ ਯਾਰ ਜਿਹੜੀ ਵਧੀਆ ਗੱਲ ਆ ਉਹ ਵਧੀ ਕੰਬੌਂਦੀ ਆ YouTube ਤੋਂ ਜਿੱਦਾਂ ਵੀ ਹੈਗਾ ਵਾ ਪਰ ਨਾਲ ਨਾਲ ਵੀ ਜਿਹੜੀ ਵਧੀਆ ਗੱਲ ਆ ਉਹਨੂੰ ਆਪਾਂ ਐ ਨਹੀਂ ਕਹਿ ਸਕਦੇ ਹੁਣ ਸੋ ਮੈਂ ਐ ਨਹੀਂ ਹੈਗਾ ਵੀ ਅੱਜ ਮੈਂ ਇਹਦੀਆਂ ਵੀਡੀਓਜ਼ ਦੇਖ ਰਿਹਾ ਤੇ ਮੈਂ 네ਗਟਿਵਿਟੀ ਲੱਭਣੀ ਆ ਜਿੱਥੇ ਕਿਤੇ ਪੋਜ਼ਿਟਿਵਿਟੀ ਹੋਊਗੀ ਉਹਦੀ ਆਪਾਂ ਜ਼ਰੂਰ ਗੱਲ ਕਰਾਂਗੇ ਆ ਵੀਡੀਓ ਗੁੱਡ ਸੀਗੀ ਜਨੀ ਜੀ ਜਾਓ ਹਨੀਮੂਨ ਤਬਾਰਸ ਹੀ ਇਹ ਨਹੀਂ ਬਣ ਸਕਦੇ ਫਿਰ ਹਾਂ ਯਾਰ ਇਹਦੀ ਕੋਲਾਬੋਰੇਸ਼ਨ ਗੋਵਿੰਦਾ ਸਰਦਾਰ ਨਾਲ ਨਹੀਂ ਹੋਣੀ ਚਾਹੀਦੀ ਕਿਦਾਂ ਦੀ ਲੱਗੂਗੀ ਗੋਵਿੰਦਾ ਸਰਦਾਰ ਪਲੱਸ ਕਮਲ ਕੋਰ ਦੋਨੇ ਭੋਰੂ ਕਿ ਆ ਤਾਂ ਚੰਨੀ ਨੂੰ ਹੀ ਆਨੇ ਅੱਛਾ ਮੈਂ ਦੂਜੀ ਪੋਲਿਟਿਕਲ ਉਹੀ ਵੀਡੀਓ ਇੱਥੇ ਕਹਿੰਦੇ ਹੋਣੇ ਆ ਅਸੀਂ ਤਾਨੀਆਂ ਦੇ ਸਾਡੇ ਨਾਲ ਕੋਈ ਜਾਣਾ ਹੀ ਨਹੀਂ ਏਐਸਆਈ ਤਾਂ ਸਿੰਗਲ ਆ ਕੀ ਕਰੀਏ ਹੁਣ ਅਸੀਂ ਤਾਂ ਸਿੰਗਲ ਆ ਮੈਂ ਵੀ ਕੀ ਬਹਿ ਵੀ ਕੀ ਦੇਖ ਦੇ ਕੇ ਬੋਲੀ ਜਾਣਾ ਸੋ ਗਾਫੀ ਸਾਰੀ ਵੀਡੀਓਜ਼ ਚੰਗੀ ਪਾਈ ਹੋਈਆਂ ਗਗਨ ਪਾਰਟ 1 ਪਾਰਟ 2 ਰੂਮ ਦਾ ਵਲੌਗ ਆ ਜਾਂ ਰੂਮ ਦੇਖਦੇ ਆ ਰੂਮ ਦਾ ਵਲੌਗ ਹਾਂਜੀ ਸ਼ਸ਼ੀ ਕਾਲ ਦੋਸਤੋ ਮੈਂ ਫਾਈਵ ਸਟਾਰ ਹੋਟਲ ਆਈਆਂ ਤੇ ਇੱਥੇ ਆ ਕੇ ਨਾ ਮੈਨੂੰ ਵਧੀਆ ਲੱਗਿਆ ਇੱਥੇ সুইমিং ਪੂਲ ਸੋਨੇ ਸੋਨੇ ਮੁੰਡੇ ਤੇ ਆ ਮੇਰਾ ਭਤੀਜਾ ਸੀਗਾ ਇਹ ਮੇਰੀ ਹੈਲਪ ਕਰ ਰਿਹਾ ਸੀ ਰੂਮ ਅਨਲੌਕ ਕਰਨ ਲਈ ਤੇ ਕੀ ਕਹਿੰਦੇ ਮੈਂ ਜਦੋਂ ਅੰਦਰ ਜਾ ਰਹੀ ਸੀ ਤੇ ਕੀ ਕਹਿੰਦੇ ਮੈਨੂੰ ਇੰਨੇ ਸੋਹਣੇ ਸੋਹਣੇ ਮੁੰਡੇ ਦਿਖੇ ਨਾ ਮੇਰੀ ਬੈਲਕਨੀ 'ਚ ਮੈਂ ਤੁਹਾਨੂੰ ਕੀ ਦੱਸਾਂ ਰੂਮ ਤਾਂ ਇੰਨਾ ਜਿਆਦਾ ਸ਼ਾਨਦਾਰ ਸੀ ਮੈਂ ਤੁਹਾਨੂੰ ਕੀ ਦੱਸਾਂ ਤੇ ਹਾਂ ਨਾ ਦੱਸ ਸਾਨੂੰ ਬੈੱਡ ਤਾਂ ਬਿਲਕੁਲ ਉਹੀ ਵਾਲਾ ਸੀਗਾ ਬਸ ਇੱਥੇ ਕਮੀ ਸੀ ਇੱਕ ਮੈਂ ਗੰਦੀ ਸੁਪਨੇ ਦੇ ਸ਼ਹਿਜ਼ਾਦੇ ਦੀ ਹੋਰ ਕੁਝ ਨਹੀਂ ਹਾਂਜੀ ਸ਼ਸ਼ੀ ਕਹਿੰਦੇ ਇੱਕ ਗੱਲ ਦੀ ਹੈਰਾਨੀ ਆ ਕਿ ਇਹਦੇ ਘਰ ਕੋਈ ਬੰਦਾ ਨਹੀਂ ਜਿਹੜਾ ਇਹਨੂੰ ਸਮਝਾਵੇ ਜਿੱਦਾਂ ਦੇ ਇਹ ਕੰਮ ਕਰਦੀ ਆ ਬਾਅਦ ਵਿੱਚ ਲੋਕਾਂ ਨੂੰ ਗਾਲ੍ਹਾਂ ਕੱਢਦੀ ਆ ਵੀ ਜਦੋਂ ਲੋਕ ਸੱਚ ਬੋਲਦੇ ਆ ਉਹੀ ਨਾ ਹੁਣ ਕੱਲ ਮੇਰੀ ਵੀਡੀਓ ਚੱਕ ਕੇ ਬੋਲਦੇ ਵੀ ਇਹ ਆਇਆ ਬੋਲਦਾ ਬੈਠਾ ਕੁਰਸੀ ਤੇ ਬੋਲੀ ਜਾਂਦਾ ਪਰ ਤੁਸੀਂ ਵੀ ਤਾਂ ਕੀ ਬਾਹ ਰਹੇ ਹੋ ਇੱਥੇ ਰੱਬ ਨੂੰ ਹਮੇਸ਼ਾ ਯਾਦ ਰੱਖੀਦਾ ਜਿਹਨੂੰ ਹਿਸਾਬ ਦੇਣਾ ਟਿਕ ਜਾ ਟਿਕ ਜਾ ਵੈਲੇ ਨੇ ਟਿਕ ਜਾ ਸੋ ਇਦਾਂ ਦੇ ਕਮੈਂਟ ਆਏ ਹੋਏ ਨੇ ਸੋ ਇਹ ਚੈਨਲ ਕਿਉਂ ਬਣਾਇਆ ਮੇਰੇ ਖਿਆਲ ਨਾਲ ਵੀ ਉਹੀ ਬਣਾ ਲਿਆ ਵੀ ਜੇ ਡਿਲੀਟ ਹੋ ਗਿਆ ਜਾਂ ਕੁਝ ਹੋ ਗਿਆ ਇੱਥੇ ਮਤਲਬ ਖਤਰਨਾਕ ਜੀਆਂ ਗੱਲਾਂ ਕਈਆਂ ਹੋਈਆਂ ਉਹ ਯਾਰ ਟੀਕਾ ਲਵਾਈ ਜਾਂਦੀ ਆ ਰੀਲ ਬਣਾਈ ਜਾਂਦੀ ਆ ਨਾਲ ਇਹਦਾ ਵੀ ਨਹੀਂ ਪਤਾ ਇਹਦਾ ਵੀ ਪਤਾ ਨਹੀਂ ਪਤਾ YouTube ਤੇ ਕੁਝ ਖੋਲੋ ਯਾਰ ਹੁਣੇ ਉਹੀ ਤਾਂ ਗੱਲ ਆ ਬੱਚਿਆਂ ਤੋਂ ਫੋਨ ਨੇ ਤੇ ਕੀ 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 ਲਕੋ ਲਈ ਯਾਰ ਕੀ ਕੀ ਲਕੋ ਲਈ ਤੇ ਅਸੀਂ ਕਿੰਨੀ ਕੁ ਕਮੇਡੀ ਕੰਟਰੋਲ ਕਰਕੇ ਕਰ ਲਈ ਕਮੇਡੀ ਅਸੀਂ ਨਹੀਂ ਕਰ ਸਕਦੇ ਇਦਾਂ ਦੀ 18+ ਤੁਹਾਨੂੰ ਕੀ ਲੱਗਦਾ ਜਿਹੜੇ ਕਹਿੰਦੇ ਰਹਿੰਦੇ ਆ ਵੀ ਤੂੰ ਬੱਚਿਆਂ ਵਾਲੀ ਕਮੇਡੀ ਕਰਦੇ ਹੋ ਤੁਸੀਂ ਸਾਨੂੰ ਕੰਟਰੋਲਡ ਲੈਂਗੁਏਜ ਯੂਜ਼ ਕਰਨੀ ਪੈਂਦੀ ਆ ਤਾਂ ਕਿ ਅਸੀਂ YouTube ਦੇ ਐਲਗੋਰਿਥਮਾਂ ਜਾਂ ਬੱਚੇ ਦੇਖਦੇ ਨੇ ਯਾਰ ਘਰੇ ਪੇਰੈਂਟਸ ਸਾਡੇ ਘਰੇ ਵੀ ਜਵਾਕ ਨੇ ਸਾਨੂੰ ਕੰਟਰੋਲਡ ਲੈਂਗੁਏਜ ਯੂਜ਼ ਕਰਦੇ ਆ ਤਾਂ ਕਰਕੇ ਥੋੜੀ ਜਿਹੀ ਝੁਗਤਾ ਉਦਾਂ ਦੀ ਮਾਰੀ ਦੀਆਂ ਪਰ ਇਹ ਹੱਦ ਪਾਰ ਕੀਤੀ ਪਈ ਆ ਯਾਰ ਇਹਨਾਂ ਨੇ ਆ ਦੇਖ ਲਓ ਵੀ ਕੁਝ ਵੀ ਦੇਖਦੇ ਆਪਾਂ ਚਲੋ ਗਾਇਸ ਯਾਰ ਆਈ ਦੀ ਵੀਡੀਓ ਇੱਥੇ ਤੱਕ ਹੀ ਰੱਖਦੇ ਆ ਤੇ ਯਾਰ థਾਈਲੈਂਡ ਦੇ ਵਲੌਗਸ ਜਿੰਨੇ ਜਿੰਨੇ ਨਹੀਂ ਦੇਖੇ ਜਾ ਕੇ ਦੇਖ ਲਿਓ ਇੱਕ ਅੱਧਾ ਵਲੌਗੀ ਵਜਾਵਾ ਬੱਸ ਉਹਨੂੰ ਖਤਮ ਕਰ ਰਹੇ ਆ ਉਸ ਤੋਂ ਬਾਅਦ ਹੋਰ ਖਤਰਨਾਕ ਵਲੌਗ ਆਉਂਦੇ ਰਹਿੰਦੇ ਨੇ ਤੇ ਯਾਰ 10 ਵਜੇ ਐਗਰੂ ਰਿਐਕਸ਼ਨ ਵੀਡੀਓ ਐਂਡ ਤੇ ਜਿਹੜੀ ਆਪਣੀ ਵਲੌਗ ਆ ਉਹ 2 ਵਜੇ ਆਕਰੂ ਦੋ ਵੀਡੀਓਜ਼ ਹੁੰਦੀਆਂ ਡੇਲੀ ਜਿਹੜੇ-ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇੱਕ ਦਿਨ ਵਿੱਚ ਦੋ-ਦੋ ਕੰਟੈਂਟ ਦੇਖਣ ਨੂੰ ਮਿਲ ਲਿਆ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਠੀਕ ਆ ਮਿਹਨਤ ਕਰਦੇ ਪਏ ਆ ਸਵੇਰੇ 10 ਵਜੇ ਚੈੱਕ ਕਰ ਲੈ ਕਰੋ ਚੈਨਲ ਤੇ 2 ਵਜੇ ਤੇ ਮੇਨ ਚੈਨਲ ਤੇ ਵੀ ਵੀਡੀਓਜ਼ ਹੁੰਦੀਆਂ ਨੇ ਪੋਡਕਾਸਟ ਹੁੰਦਾ ਵਾ ਉੱਤੇ ਵੀ ਰੈਗੂਲਰ ਹੋ ਗਿਆ ਚਲੋ ਗਾਇਜ਼ ਮੈਂ ਲੈਣਾ ਤੁਹਾਡੇ ਇਜਾਜ਼ਤ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਕਦਾਂ ਫਿਰ